ਇੱਕ ਥਾਂ ਤੇ ਬੀਜੀ ਬੈਠਾ ਸੀ ਡੋਡੇ ਉੱਤੋਂ ਰੇਡ ਕਰਨ ਪਹੁੰਚ ਗਈ ਪੁਲਿਸ ਭੱਜਦੇ ਤੋਂ ਫੜ ਲਏ ਡੋਡਿਆਂ ਦੇ 900 ਬੂਟੇ ਇਹ ਤਸਵੀਰਾਂ ਇੱਕ ਕਿਆਰੀ ਦੀਆਂ ਨੇ ਜੋ ਇੱਕ ਧਾਰਮਿਕ ਸਥਾਨ ਦੇ ਵਿੱਚ ਬਣੀ ਹੋਈ ਹੈ ਪਰ ਇਸ ਕਿਆਰੀ ਦੇ ਵਿੱਚ ਫੁੱਲ ਬੂਟੇ ਨਹੀਂ ਬਲਕਿ ਡੋਡੇ ਬੀਜੇ ਗਏ ਸੀ ਜਿਸ ਦੇ ਭਿੜਕ ਜਦੋਂ ਪੁਲਿਸ ਨੂੰ ਲੱਗੀ ਤਾਂ ਪੁਲਿਸ ਵੀ ਮੌਕੇ ਤੇ ਰੇਡ ਕਰਨ ਪਹੁੰਚ ਗਈ ਪੁਲਿਸ ਨੂੰ ਆਂਦਾ ਦੇਖ ਇਸ ਸ਼ਖਸ ਉੱਥੋਂ ਭੱਜਣ ਦੀ ਫਿਰਾਕ 'ਚ ਸੀ ਪਰ ਪੁਲਿਸ ਨੇ ਇਸ ਨੂੰ 900 ਡੋਡਿਆਂ ਦੇ ਬੂਟਿਆਂ ਸਮੇਤ ਗ੍ਰਿਫਤਾਰ ਕਰ ਲਿਆ ਪੁਲਿਸ ਹਿਰਾਸਤ 'ਚ ਨਜ਼ਰ ਆ ਰਹੇ ਇਸ ਸ਼ਖਸ ਦੀਆਂ ਬੋਰੀਆਂ ਵਿੱਚ ਉਹੀ 900 ਬੂਟੇ ਨੇ ਜੋ ਪੁਲਿਸ ਨੇ ਜ਼ਬਤ ਕੀਤੇ ਨੇ ਜੋ ਕਿ ਇਸ ਨੇ ਕਿਆਰੀ ਦੇ ਵਿੱਚ ਲਾਏ ਹੋਏ ਸੀ ਉਹ ਵੀ ਇੱਕ ਧਾਰਮਿਕ ਸਥਾਨ ਤੇ ਦਰਅਸਲ ਪੁਲਿਸ ਦੇ ਵੱਲੋਂ ਇੱਥੇ ਪਿੰਡ ਵਿੱਚ ਰੇਡ ਕੀਤੀ ਜਾ ਰਹੀ ਸੀ ਕਿਉਂਕਿ ਇਤਲਾਹ ਮਿਲੀ ਸੀ ਕਿ ਇੱਥੇ ਅਫੀਮ ਦੀ ਖੇਤੀ ਹੋ ਰਹੀ ਹੈ ਅਫੀਮ ਦੀ ਖੇਤੀ ਤਾਂ ਨਹੀਂ ਪਰ ਇੱਕ ਧਾਰਮਿਕ ਸਥਾਨ ਦੇ ਪਲਾਟ ਦੇ ਵਿੱਚ ਕਿਆਰੀ ਦੇ ਵਿੱਚ ਇਹ ਡੋਡੇ ਜ਼ਰੂਰ ਬੀਜੇ ਗਏ ਸਨ ਜਿਸ ਦੀ ਦੇਖਭਾਲ ਕਰਨ ਵਾਲੀ ਇਸ ਸ਼ਖਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਤੋਂ ਇਲਾਵਾ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਤੇ ਵੀ ਮਾਮਲਾ ਦਰਜ ਹੋਇਆ ਜੋ ਕਿ ਆਪਣੇ ਹੀ ਖਾਲੀ ਪਲਾਟ ਦੇ ਵਿੱਚ 420 ਡੋਡਿਆਂ ਦੇ ਬੂਟੇ ਬੀਜੀ ਬੈਠਾ ਹੈ ਹਾਲਾਂਕਿ ਪੁਲਿਸ ਨੂੰ ਦੇਖ ਕੇ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਦੇ ਵੱਲੋਂ ਪਿੰਡ ਮਿਓਵਾਲ ਦੇ ਵਿੱਚ ਰੇਡ ਕੀਤੀ ਗਈ ਤੇ ਇੱਥੇ ਇੱਕ ਧਾਰਮਿਕ ਸਥਾਨ ਦੀ ਕਿਆਰੀ ਦੇ ਵਿੱਚ ਡੋਡੇ ਬੀਜੇ ਦੇਖੇ ਗਏ ਸ਼ਖਸ ਨੂੰ ਪਤਾ ਲੱਗਿਆ ਕਿ ਪੁਲਿਸ ਪਹੁੰਚ ਗਈ ਹੈ ਤਾਂ ਉਸਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ ਤੇ ਨਾਲ ਹੀ 900 ਬੂਟੇ ਡੋਡਿਆਂ ਦੇ ਵੀ ਜ਼ਬਤ ਕੀਤੇ ਨੇ ਦੂਸਰਾ ਸ਼ਖਸ ਜਿਸ ਦਾ ਨਾਮ ਹਰੀ ਰਾਮ ਹੈ ਉਹ ਫਰਾਰ ਦੱਸਿਆ ਜਾ ਰਿਹਾ ਜਿਸਨੇ ਆਪਣੇ ਖਾਲੀ ਪਲਾਟ ਦੇ ਵਿੱਚ 420 ਡੋਡੇ ਬੀਜੇ ਹੋਏ ਨੇ ਫਿਲਹਾਲ ਪੁਲਿਸ ਉਸਦੀ ਤਲਾਸ਼ ਕਰ ਰਹੀ ਹੈ ਜਦਕਿ ਮੁਲਜ਼ਮ ਹੰਸ ਰਾਜ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਧਾਰਮਿਕ ਸਥਾਨ ਤੇ ਬੀਜੀ ਬੈਠਾ ਸੀ ਡੋਡੇ ਉੱਤੋਂ ਰੇਡ ਕਰਨ ਪਹੁੰਚ ਗਈ ਪੁਲਿਸ ਭੱਜਦੇ ਤੋਂ ਫੜ ਲਏ ਡੋਡਿਆਂ ਦੇ 900 ਬੂਟੇ ਇਹ ਤਸਵੀਰਾਂ ਇੱਕ ਕਿਆਰੀ ਦੀਆਂ ਨੇ ਜੋ ਇੱਕ ਧਾਰਮਿਕ ਸਥਾਨ ਦੇ ਵਿੱਚ ਬਣੀ ਹੋਈ ਹੈ ਪਰ ਇਸ ਕਿਆਰੀ ਦੇ ਵਿੱਚ ਫੁੱਲ ਬੂਟੇ ਨਹੀਂ ਬਲਕਿ ਡੋਡੇ ਬੀਜੇ ਗਏ ਸੀ ਜਿਸ ਦੇ ਭਿੜਕ ਜਦੋਂ ਪੁਲਿਸ ਨੂੰ ਲੱਗੀ ਤਾਂ ਪੁਲਿਸ ਵੀ ਮੌਕੇ ਤੇ ਰੇਡ ਕਰਨ ਪਹੁੰਚ ਗਈ ਪੁਲਿਸ ਨੂੰ ਆਂਦਾ ਦੇਖ ਇਸ ਸ਼ਖਸ ਉੱਥੋਂ ਭੱਜਣ ਦੀ ਫਿਰਾਕ 'ਚ ਸੀ ਪਰ ਪੁਲਿਸ ਨੇ ਇਸ ਨੂੰ 900 ਡੋਡਿਆਂ ਦੇ ਬੂਟਿਆਂ ਸਮੇਤ ਗ੍ਰਿਫਤਾਰ ਕਰ ਲਿਆ ਪੁਲਿਸ ਹਿਰਾਸਤ 'ਚ ਨਜ਼ਰ ਆ ਰਹੇ ਇਸ ਸ਼ਖਸ ਦੀਆਂ ਬੋਰੀਆਂ ਵਿੱਚ ਉਹੀ 900 ਬੂਟੇ ਨੇ ਜੋ ਪੁਲਿਸ ਨੇ ਜ਼ਬਤ ਕੀਤੇ ਨੇ ਜੋ ਕਿ ਇਸ ਨੇ ਕਿਆਰੀ ਦੇ ਵਿੱਚ ਲਾਏ ਹੋਏ ਸੀ ਉਹ ਵੀ ਇੱਕ ਧਾਰਮਿਕ ਸਥਾਨ ਤੇ ਦਰਅਸਲ ਪੁਲਿਸ ਦੇ ਵੱਲੋਂ ਇੱਥੇ ਪਿੰਡ ਵਿੱਚ ਰੇਡ ਕੀਤੀ ਜਾ ਰਹੀ ਸੀ ਕਿਉਂਕਿ ਇਤਲਾਹ ਮਿਲੀ ਸੀ ਕਿ ਇੱਥੇ ਅਫੀਮ ਦੀ ਖੇਤੀ ਹੋ ਰਹੀ ਹੈ ਅਫੀਮ ਦੀ ਖੇਤੀ ਤਾਂ ਨਹੀਂ ਪਰ ਇੱਕ ਧਾਰਮਿਕ ਸਥਾਨ ਦੇ ਪਲਾਟ ਦੇ ਵਿੱਚ ਕਿਆਰੀ ਦੇ ਵਿੱਚ ਇਹ ਡੋਡੇ ਜ਼ਰੂਰ ਬੀਜੇ ਗਏ ਸਨ ਜਿਸ ਦੀ ਦੇਖਭਾਲ ਕਰਨ ਵਾਲੀ ਇਸ ਸ਼ਖਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਤੋਂ ਇਲਾਵਾ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਤੇ ਵੀ ਮਾਮਲਾ ਦਰਜ ਹੋਇਆ ਜੋ ਕਿ ਆਪਣੇ ਹੀ ਖਾਲੀ ਪਲਾਟ ਦੇ ਵਿੱਚ 420 ਡੋਡਿਆਂ ਦੇ ਬੂਟੇ ਬੀਜੀ ਬੈਠਾ ਹੈ ਹਾਲਾਂਕਿ ਪੁਲਿਸ ਨੂੰ ਦੇਖ ਕੇ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਦੇ ਵੱਲੋਂ ਪਿੰਡ ਮਿਓਵਾਲ ਦੇ ਵਿੱਚ ਰੇਡ ਕੀਤੀ ਗਈ ਤੇ ਇੱਥੇ ਇੱਕ ਧਾਰਮਿਕ ਸਥਾਨ ਦੀ ਕਿਆਰੀ ਦੇ ਵਿੱਚ ਡੋਡੇ ਬੀਜੇ ਦੇਖੇ ਗਏ ਸ਼ਖਸ ਨੂੰ ਪਤਾ ਲੱਗਿਆ ਕਿ ਪੁਲਿਸ ਪਹੁੰਚ ਗਈ ਹੈ ਤਾਂ ਉਸਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ ਤੇ ਨਾਲ ਹੀ 900 ਬੂਟੇ ਡੋਡਿਆਂ ਦੇ ਵੀ ਜ਼ਬਤ ਕੀਤੇ ਨੇ ਦੂਸਰਾ ਸ਼ਖਸ ਜਿਸ ਦਾ ਨਾਮ ਹਰੀ ਰਾਮ ਹੈ ਉਹ ਫਰਾਰ ਦੱਸਿਆ ਜਾ ਰਿਹਾ ਜਿਸਨੇ ਆਪਣੇ ਖਾਲੀ ਪਲਾਟ ਦੇ ਵਿੱਚ 420 ਡੋਡੇ ਬੀਜੇ ਹੋਏ ਨੇ ਫਿਲਹਾਲ ਪੁਲਿਸ ਉਸਦੀ ਤਲਾਸ਼ ਕਰ ਰਹੀ ਹੈ ਜਦਕਿ ਮੁਲਜ਼ਮ ਹੰਸ ਰਾਜ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।